ਸਵੇਰ ਤਨ ਉੱਠਿਆ ਸੀ ਅੱਜ ਉੱਠਨਸਾਰ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ ਕਿ ਪੰਪ ਤੋਂ ਘਰ ਦੇ ਕੋਲੇ ਪੰਪ ਉੱਥੇ ਜਾ ਕੇ ਕੌਫੀ ਲੈ ਕੇ ਆਉਣੀ ਫਿਰ ਬਾਕੀ ਦੇ ਕੰਮ ਕਰਨੇ ਅੱਜ ਤੱਕ ਮੈਂ ਗੱਡੀ ਤੇ ਜਾਂਦਾ ਰਿਹਾ 900 ਮੀਟਰ ਤੇ ਪੰਪ ਮੈਂ ਕਿਹਾ ਅੱਜ ਤੁਰ ਕੇ ਚੱਲਦੇ ਆ ਮੈਂ ਤੁਰਦਾ ਤੁਰਦਾ ਉੱਥੇ ਪਹੁੰਚਿਆ ਸਰੀਰ ਥੋੜਾ ਗਰਮ ਹੋ ਗਿਆ ਕੌਫੀ ਲਈ ਮੈਂ ਕਿਹਾ ਨਹੀਂ ਯਾਰ ਘਰੇ ਨਹੀਂ ਵਾਪਸ ਜਾਂਦੇ ਸਿੱਧਾ ਢੇੜਾ ਪਾ ਕੇ ਜਾਂਦੇ ਆ ਨਹੀਂ 1800 ਮੀਟਰ ਵਾਕ ਪਾਣੀ ਸੀ ਜੇ ਮੈਂ ਵਾਪਸ ਆ ਜਾਂਦਾ ਸਿੱਧਾ ਹੁਣ 4:30 ਹੋ ਗਏ ਘੰਟਾ ਹੋ ਗਿਆ ਤੁਰਦੇ ਨੂੰ ਮੈਂ ਲਗ ਰਿਹਾ 3-4 ਕਿਲੋਮੀਟਰ ਹੋ ਗਿਆ ਹੁਣ ਮੈਂ ਟਰੈਕ ਨਹੀਂ ਕੀਤਾ ਉਹ ਹੁੰਦਾ ਕੀ ਆ ਜਦੋਂ ਸਰੀਰ ਥੋੜਾ ਗਰਮ ਹੋ ਜਾਂਦਾ ਤਾਂ ਜਿਹੜੇ ਅੰਦਰ ਆਪਣੇ ਕੈਮੀਕਲ ਐਂਡੋਰਫਿਨ ਡੋਪਾਮਾਈਨ ਉਹ ਬਲੱਡ ਸਟ੍ਰੀਮ ਚ ਆ ਜਾਂਦੇ ਆ ਫਿਰ ਉਹ ਆਪੇ ਹੀ ਸਾਨੂੰ ਤੋਰੀ ਫਿਰਦੇ ਆ ਜਿਵੇਂ ਕਈ ਵਾਰ ਜਿੰਮ ਚ ਨਹੀਂ ਹੁੰਦਾ ਕਿ ਕਿਰਾਂ ਵੀ ਬੰਦਾ ਕਹਿੰਦਾ ਮੈਂ ਹੁਣ ਤਾਂ ਮੇਰਾ ਹਰ ਵੀ ਜਿੰਮ ਚ ਬਾਗਦਾ ਫਿਰ ਮੈਂ ਇੱਕ ਵਾਰੀ ਕਰ ਲੈਣਾ ਫਿਰ ਐਂ ਜੀ ਕਰ ਦੋ ਸਾਰਾ ਕੁਝ ਹੀ ਕਰ ਦਈਏ ਉਹ ਇਸੇ ਲਈ ਹੁੰਦਾਗਾ ਕਿਉਂ ਕੈਮੀਕਲ ਰਿਲੀਜ਼ ਹੋ ਜਾਂਦੇ ਆਗੇ ਹੁਣ ਸੇਮ ਮੇਰੇ ਨਾਲ ਮੇਰਾ ਕੋਈ ਪਲਾਨ ਨਹੀਂ ਸੀ ਵੀ ਮੈਂ ਐਡਾ ਗੇੜਾ ਦੇਣਾ ਮੇਰਾ ਕੋਈ ਪਲਾਨ ਨਹੀਂ ਸੀ ਵੀ ਮੈਂ ਸਭ ਕੁਝ ਆਪੀ ਕੇ ਨਾ ਤੁਸੀਂ ਸਰੀਰ ਤੋੜ ਲਿਆ ਫਿਰ ਇਹ ਆਪੀ ਚੱਕੀ ਫਿਰਦਾ ਰਹਦਾ ਰਹਦਾ ਆਪਦੇ ਆਪ ਨੂੰ। ਬਸ ਉਹ ਪਹਿਲਾ ਵਾਲਾ ਵਿਚਾਰ ਜਾਈਆ ਜਿਹੜਾ ਤੁਹਾਨੂੰ ਲਿਆਉਣਾ ਪੈਂਦਾ ਕਿ ਹਾਂ ਆ। ਤੇ ਛੋਟੇ ਤੋਂ ਅਗਰ ਸ਼ੁਰੂ ਕੀਤਾ ਮੈਂ ਸਮਝਦਾ ਫਿਰ ਜੋ ਮੈਕੈਨਿਜ਼ਮ ਐਕਟੀਵੇਟ ਹੋ ਗਿਆ ਫਿਰ ਉਹ ਮੈਕੈਨਿਜ਼ਮ ਨੇ ਤੁਹਾਨੂੰ ਆਪੀ ਚੱਕੀ ਫਿਰ ਰਹੀ ਜਾਣਾ। ਤੇ ਹੁਣ ਮੈਨੂੰ ਤੜਕੇ ਉੱਠਣ ਸਾਰ ਵਾਕ ਕਰ ਲਈ ਮੈਨੂੰ ਹੁਣ ਆਇਆ ਲੱਗ ਰਿਹਾ ਮੇਰੇ ਜਿਵੇਂ ਸਿਰ ਚ ਕੇ ਨੇ ਖੁਸ਼ੀ ਦਾ ਟੀਕਾ ਲਾਤਾ ਉਹਨਾਂ ਕਿਉਂਕਿ ਉਹ ਹਾਰਮੋਨ ਭੱਜੇ ਫਿਰਦੇ ਆਗੇ। ਐ ਲੱਗ ਰਿਹਾ ਵੀ ਬਹੁਤ ਤਗੜਾ ਕੰਮ ਆਪਾਂ ਕਰਤਾ। ਬਾਕੀ ਦਾ ਕੰਮ ਤਾਂ ਰ ਮੈਂ ਸੈਰ ਹੀ ਕਰ ਰਿਹਾ ਕੋਈ ਰਨਿੰਗ ਨਹੀਂ ਕਰ ਰਿਹਾ ਕੋਈ ਹਾਰਡ ਐਕਸਰਸਾਈਜ਼ ਨਹੀਂ ਕਰ ਰਿਹਾ ਕੋਈ ਜਿਮ ਨਹੀਂ ਕਰ ਰਿਹਾ ਸਿਰਫ ਇੱਕ ਸਿੰਪਲ ਸਾਦੀ ਸਦੀਆਂ ਪੁਰਾਣੀ ਸੈਰ